ਹਾਂਜੀ ਵੀ ਕਿੱਦਾਂ ਸਾਰੇ ਮੈਂ ਤੇ ਅਮਨ ਸੀਗੇ ਅਸੀਂ ਤਾਂ ਦੇਖ ਤੋ ਕਿੱਥਾ ਆਇਆ ਓਏ ਅਸੀਂ ਤਾਂ ਜੀ ਮੋਟਰਸਾਈਕਲ ਤੇਲ ਧੱਕੇ ਨਾਲ ਹੀ ਪਵਾ ਲਿਆ ਅਸੀਂ ਲੈਣ ਨੂੰ ਜੀ ਸਿੱਧਾ ਜਾ ਕੇ ਨਾ ਮੂਹਰੇ ਕਰ ਲਿਆ ਮੋਟਰਸਾਈਕਲ ਤੇ ਆਪਣੀ ਗੱਲਬਾਤ ਸੀਗੀ ਤੇ ਆਪਾਂ ਪਾ ਦਿੱਤਾ ਆਹ ਜਿਹੜਾ ਮੁੰਡਾ ਸੀਗਾ ਇਹਨੂੰ ਸਾਲੇ ਨੂੰ ਚਾਰ ਵਾਰੀ ਲੈਣ ਚ ਲਗਾਇਆ ਸਾਲਾ ਚਾਰ ਵਾਰੀ ਬਾਹਰ ਨਿਕਲ ਗਿਆ ਹੁਣ ਕਹਿੰਦਾ ਤੇਲ ਨਹੀਂ ਮਿਲਦਾ ਮਾੜੇ ਆ ਜੀ। ਹੈਲੋ ਫਰੈਂਡਸ, ਵੈਲਕਮ ਬੈਕ। ਤੇ ਅੱਜ ਆਪਾਂ ਚੱਲੇ ਆ ਜੀ ਪੈਟਰੋਲ ਪੰਪ ਤੇ, ਪਤਾ ਨਹੀਂ ਕਾਹਤੇ ਚੱਲੇ ਹਾਂ, ਕਹਿੰਦੇ ਸਟ੍ਰਾਈਕ ਸਟਰੂਈਕਾ ਕੋਈ ਅਤੇ ਤੇਲ ਮੁੜ ਕੇ ਮਿਲਣਾ ਨਹੀਂ। ਆਪਾਂ ਕਿਹਾ ਹੁਣ ਪਵਾ ਲਈਏ। ਆਹ ਦੇਖੋ ਜੀ, ਆਹ ਮੁੰਡੇ ਨਾਲ ਚੱਲਾਂ ਮੈਂ, ਆਹ ਦੇਖ ਸਕਦੇ ਹੋ ਤੁਸੀਂ ਮੋਟਰਸਾਈਕਲ 'ਚ ਥੋੜ੍ਹਾ ਬਹੁਤਾ ਤੇਲ ਹੈਗਾ ਸੀ ਤਾਂ ਇੱਥੇ ਚੱਲ ਜਾਣਾ, ਕਹਿੰਦੇ ਬੋਤਲਾਂ 'ਚ ਦਿੰਦੇ ਨਹੀਂ ਹੈਗੇ। ਅਤੇ ਆਪਾਂ ਹੁਣ ਚੱਲੇ ਹਾਂ ਅਤੇ ਆ ਜਾਓ, ਦੇਖਦੇ ਹਾਂ ਕੀ ਮਾਹੌਲ ਆ, ਕਿੰਨਾ ਕੁ ਰਸ਼ ਆ। ਵੀਡੀਓ ਪਾਈ ਸੀ ਇਹਨੇ ਪਹਿਲਾਂ ਵੀ, ਗਿਆ ਸੀ ਕਿਸੇ ਦੇ ਨਾਲ, ਅਤੇ ਦੇਖਦੇ ਹਾਂ ਹੁਣ ਜਾ ਕੇ। ਆਈਏ ਦੇਖਦੇ ਹਾਂ ਮਜ਼ਾ ਆਇਆ। ਹਾਂਜੀ, ਆ ਦੇਖ ਸਕਦੇ ਹੋ ਜੀ ITI ਆ ਚੁੱਕਾ ਆ, ਕਾਫੀ ਠੰਡ ਵਾ। ਪੈਟਰੋਲ ਪੰਪ ਕਿੱਥੇ ਆ? ਪੈਟਰੋਲ ਪੰਪ ਇੱਧਰ ਸੱਜੇ ਪਾਸੇ, ਇਹਨਾਂ ਨੂੰ ਇੰਨਾ ਨਹੀਂ ਪਤਾ, ਸਾਲ ਉਹ ਚੱਲੇ ਰਹਿੰਦੇ ਆ। ਦੇਖ ਸਕਦੇ ਹੋ ਜੀ ਤੁਸੀਂ, ਆਪਾਂ ਜਾ ਰਹੇ ਹੈਗੇ ਹਾਂ ਜਲੰਧਰ ਰੋਡ 'ਤੇ। ਆਹ ਦੇਖੋ ਜੀ, ਆਹ ਆ ਗਿਆ ਮੇਰਾ ਕਾਲਜ, ਅਤੇ ਇੱਧਰ ਰਸ਼ ਕਾਫੀ ਹੈਗਾ ਮੈਨੂੰ ਲੱਗਦਾ ਅੱਗੇ ਜਾ ਕੇ। 5 minutes later ਅਤੇ ਆਹ ਦੇਖੋ ਜੀ, ਆਹ ਆ ਗਿਆ ਸਾਡਾ ITI ਦਾ ਪੈਟਰੋਲ ਪੰਪ। ਦੇਖੋ ਜੀ, ਤੇਲ ਇੱਥੇ ਹੈ ਨਹੀਂ ਗਾ, ਮੁੱਕ ਗਿਆ ਆ, ਲਾਈਨਾਂ ਲੱਗੀਆਂ ਪਈਆਂ ਗੱਡੀਆਂ ਦੀਆਂ। ਆਹ ਦੇਖੋ ਜੀ, ਅਤੇ ਇੱਧਰ ਆਹ ਦੇਖੋ ਜੀ, ਮੁੰਡਾ ਬੂਟਾਂ ਨੂੰ ਦੇਖਦਾ ਹੋਇਆ, ਪਤਾ ਨਹੀਂ ਬੂਟਾਂ 'ਚੋਂ ਕਹਿੰਦਾ ਤੇਲ ਨਿਕਲ ਜਾਵੇ ਕਿਸੇ ਤਰ੍ਹਾਂ। ਕੈਸੇ ਕੈਸੇ ਲੋਕ ਰਹਿਤੇ ਯਾਰ ਯਹਾਂ ਪਰ। ਅਤੇ ਹੁਣ ਆਪਾਂ ਜਾ ਰਹੇ ਹੈਗੇ ਪ੍ਰਭਾਤ ਚੌਂਕ ਵੱਲ। ਆਹ ਦੇਖੋ ਜੀ, ਪ੍ਰਭਾਤ ਚੌਂਕ ਵੱਲ ਜਾ ਰਹੇ, ਇੱਧਰ ਵੀ ਇੱਕ ਹੈਗਾ ਪੈਟਰੋਲ ਪੰਪ, ਦੇਖਦੇ ਹਾਂ ਉੱਥੇ। ਪਹਿਲਾਂ ਤਾਂ ਪੁਲਿਸ ਵਾਲੇ ਤੋਂ ਬਚਣਾ ਪੈਣਾ, ਨਹੀਂ ਲੱਗਦਾ ਇੱਥੇ ਹੀ ਖੜੇ ਹੁੰਦੇ। ਉਹ ਦੇਖੋ ਜੀ, ਉਹ ਖੜੇ ਆ। ਚਲੋ ਆਹ ਦੇਖੋ ਜੀ, ਦਿਖੇ ਨਹੀਂ। ਅਤੇ ਆਹ ਹੈਗਾ ਜੀ ਪ੍ਰਭਾਤ ਚੌਂਕ ਵਾਲਾ ਪੈਟਰੋਲ ਪੰਪ, ਇੱਥੇ ਰਸ਼ ਬਿਲਕੁਲ ਨਹੀਂ, ਕਿਉਂਕਿ ਇੱਥੇ ਤੇਲ ਵੀ ਬਿਲਕੁਲ ਨਹੀਂ। ਪਰ ਆਹ ਦੇਖੋ ਜੀ ਤੁਸੀਂ, ਕਾਲੀ ਸਕੋਰਪੀਓ, ਇਹਨੇ ਦਿਲ ਜਿੱਤ ਲਿਆ। ਅਤੇ ਹੁਣ ਆਪਾਂ ਹੈਗੇ ਹਾਂ ਜੀ ਮੰਡੀ ਵੱਲੋਂ ਜਾਂਦੇ ਹੋਏ, ਇੱਧਰ ਰੇਲਵੇ ਸਟੇਸ਼ਨ ਦੇ ਕੋਲ ਹੀ ਆ, ਅਤੇ ਫਾਟਕ ਖੁੱਲ੍ਹਾ ਆ, ਸ਼ੁਕਰ ਆ, ਨਹੀਂ ਤਾਂ ਇੱਥੇ ਟਾਈਮ ਲੱਗ ਜਾਣਾ ਸੀਗਾ। ਅਤੇ ਫਾਟਕ ਕਰ ਲਿਆ ਆਪਾਂ ਕ੍ਰੋਸ, ਅਤੇ ਹੁਣ ਜਾ ਰਹੇ ਹੈਗੇ ਸੜਕ 'ਤੇ ਸਿੱਧੇ ਸਿੱਧੇ। ਅਤੇ ਆਹ ਦੇਖੋ ਜੀ, ਆਹ ਆ ਗਿਆ ਸ਼ਿਵਮ ਹੋਸਪਿਟਲ, ਅਤੇ ਇਹਦੇ ਨਾਲ ਹੀ ਅੱਗੇ ਪਰਲੇ ਪਾਸੇ ਹੈਗਾ ਪੈਟਰੋਲ ਪੰਪ। ਅਤੇ ਹਾਲਾਤ ਇਹਨਾਂ ਦੇ ਵੀ ਸ਼ਾਇਦ ਮਾੜੇ ਹੀ ਲੱਗਦੇ ਮੈਨੂੰ, ਰਸਤਾ ਕਾਫੀ ਆ, ਅਤੇ ਰਸਤਾ ਇੱਧਰ ਵੀ ਕਾਫੀ ਆ, ਪਰ ਇੱਥੇ ਗੱਡੀਆਂ ਦੀਆਂ ਲਾਈਨਾਂ ਹੈ ਨਹੀਂ, ਪਰ ਲੋਕਾਂ ਦੀਆਂ ਲਾਈਨਾਂ ਜ਼ਰੂਰ ਲੱਗੀਆਂ। ਅਤੇ ਆਹ ਦੇਖੋ ਜੀ, ਆਹ ਮੁੰਡਾ ਹੋ ਗਿਆ ਦਾਸ, ਕਹਿੰਦਾ ਪੈਟਰੋਲ ਪੰਪ ਨਹੀਂ ਮਿਲਿਆ ਇੱਥੋਂ, ਕੀ ਕਰੀਏ ਹੁਣ ਦੱਸੋ ਕੰਟਰੋਲ। ਅਤੇ ਹਾਂਜੀ, ਹੁਣ ਆਪਾਂ ਮੰਡੀ ਵੱਲ ਜਾ ਰਹੇ ਹੈਗੇ ਹਾਂ, ਅਤੇ ਇੱਧਰ ਵੀ ਪੈਟਰੋਲ ਨਹੀਂ ਮਿਲਿਆ। ਅਤੇ ਆਪਾਂ ਕਿਹਾ ਚੱਲ ਮਾੜੀ ਜੀ ਵੀਡੀਓ ਬਣਾ ਲਈਏ, ਹੋਰ ਪੈਟਰੋਲ ਤਾਂ ਜਿੱਥੋਂ ਮਿਲੂਗਾ ਦੇਖ ਲਾਂਗੇ। ਅਤੇ ਹੁਣ ਆਪਾਂ ਚੱਲੇ ਹਾਂ ਜੀ, ਵਲੋਗ ਵੀ ਇੱਦਾਂ ਲੰਬਾ ਹੁੰਦਾ, ਮਾੜਾ ਮੋਟਾ ਤੁਹਾਨੂੰ ਦਿਖਾ ਦਈਏ, ਦਿਖਾਉਂਦੇ ਦਿਖਾਉਂਦੇ 2-4 ਮਿੰਟ ਦਾ ਹੀ ਰਹਿ ਜਾਂਦਾ ਆ। ਅਤੇ ਹਾਂਜੀ, ਹੁਣ ਆਪਾਂ ਚੱਲੇ ਹਾਂ ਜੀ, ਚੱਲੀਏ, ਚੱਲ ਚੱਲੀਏ, ਜਾਣਾ ਹੀ ਪੈਣਾ ਹੋਰ ਕੀ। ਅਤੇ ਜਿੱਥੇ ਤੇਲ ਉੱਦਾਂ ਹੀ ਮੁੱਕਿਆ ਰਹਿੰਦਾ ਉਸ ਪੈਟਰੋਲ ਪੰਪ 'ਤੇ ਆ ਕਿੰਨੀ ਲੰਬੀਆਂ ਲਾਈਨਾਂ ਲੱਗੀਆਂ, ਇੱਧਰ ਵੀ ਪਰਲੇ ਪਾਸੇ ਵੀ। ਆਹ ਦੇਖੋ ਜੀ, ਹਲੇ ਅੰਦਰ ਜਾ ਕੇ ਦੇਖਦੇ, ਅੰਦਰ ਵੀ ਕਾਫੀ ਮੈਨੂੰ ਲੱਗਦਾ ਰਸ਼ ਹੋਣਾ ਹੈ, ਸ਼ਾਇਦ ਲੱਗਦਾ ਤਾਂ ਹੈ, ਪਰ ਦੇਖ ਲੈਂਦੇ ਕੋਈ ਨਾ। ਆਹ ਦੇਖੋ ਜੀ, ਸਕੂਲ ਵਾਲੀਆਂ ਵੈਨਾਂ ਵੀ ਆ ਇੱਥੇ। ਆਹ ਹੈਗਾ ਜੀ ਪੈਟਰੋਲ ਪੰਪ ਦਾ ਇਨਸਾਈਡ ਵਿਊ, ਆਹ ਦੇਖ ਸਕਦੇ ਬਹੁਤ ਜ਼ਿਆਦਾ ਰਸ਼ ਆ, ਪਰ ਆਪਾਂ ਕੋਈ ਨਾ ਕੋਈ ਜੁਗਾੜ ਲਾਵਾਂਗੇ, ਆਪਾਂ ਲੈ ਕੇ ਹੀ ਛੱਡਣਾ। ਅਤੇ ਹਾਂਜੀ, ਆਹ ਦੇਖੋ ਜੀ ਰਸ਼ ਕਾਫੀ ਆ, ਪਰ ਆਪਣੇ ਮੋਟਰਸਾਈਕਲ 'ਚ ਪੈ ਗਿਆ ਜੀ 600 ਦਾ ਤੇਲ। ਇਹ 600 ਦਾ ਤੇਲ 200 ਆ ਮੁੰਡੇ ਨੂੰ ਦੇ ਦੇਣਾ ਆਪਾਂ ਕੱਢ ਕੇ, ਅਤੇ ਬਾਕੀ ਰਸ਼ ਬਹੁਤ ਸੀਗਾ, ਜੁਗਾੜ ਜਿਹਾ ਕਰਕੇ ਪਵਾ ਲਿਆ ਜੀ 600 ਦਾ ਪੂਰਾ ਤੇਲ। ਹੁਣ ਦੇਖਦੇ ਹਾਂ ਬਾਕੀ ਕਦੋਂ ਕੁ ਰਸ਼ ਘੱਟਦਾ ਇੱਥੇ। ਆਹ ਦੇਖੋ ਜੀ, ਇਹ ਆ ਜਾਂਦੀ ਸੂਈ ਉੱਡਦੀ, ਇਹ ਗਈ ਗਈ, ਆਹ ਦੇਖ ਸਕਦੇ ਹੋ ਤੁਸੀਂ। ਆਹ ਹੁੰਦੀ ਨਾ ਗੱਲਬਾਤ, ਪਾਇਆ ਪੂਰਾ 600 ਦਾ ਤੇਲ, ਟੈਂਕੀ ਪਤਾ ਨਹੀਂ ਕਿੱਦਾਂ ਭਰ ਗਈ, ਚੱਲ ਕੋਈ ਚੱਕਰ ਨਹੀਂ, ਭਰ ਗਈ ਤਾਂ ਐ ਮੁੰਡਾ ਖੁਸ਼ ਹੋ ਗਿਆ ਕਹਿੰਦੇ। ਤੇ ਹਾਂਜੀ, ਸਾਡਾ ਤਾਂ ਪੈਟਰੋਲ ਕਾਫੀ ਟਾਈਮ ਦਾ ਪੈ ਚੁੱਕਾ, ਪਰ ਇਸ ਬੰਦੇ ਕਰਕੇ ਆਪਾਂ ਖੜੇ ਆ। ਦੇਖੋ ਮੂੰਹ ਲੁਕਾਉਂਦਾ ਪਿਆ, ਕਿਤੇ ਕੰਮ ਦਾ ਨਹੀਂ ਹੈਗਾ, ਇਹਨੂੰ 3 ਵਾਰੀ ਲਾਈਨ ਚ ਲਾਇਆ, ਬਾਹਰ ਆ ਜਾਂਦਾ ਫੇਰ ਦੁਬਾਰਾ। ਆਹ ਦੇਖੋ ਜੀ, ਹੁਣ ਜਿਹੜੇ ਐਮਰਜੈਂਸੀ ਜਿਹਨਾਂ ਨੂੰ, ਉਹਨਾਂ ਨੂੰ ਤੇਲ ਪਾਉਂਦੇ ਪਏ ਆ।
ਤੇ ਆਪਾਂ ਇਹਦੇ ਕਰਕੇ ਖੜਿਆ ਦੇਖੋ ਇਹਦਾ ਮੂੰਹ ਦੇਖੋ ਲਕੋਈ ਲੈਂਦਾ ਹੈ ਕਿਸੇ ਕੰਮ ਦਾ ਨਹੀਂ ਹੈਗਾ 6 ਐਂਡ ਅ ਹਾਫ ਆਵਰਸ ਲੇਟਰ ਤੇ ਹਾਂਜੀ ਆਪਾਂ ਆ ਚੁੱਕੇ ਆ ਘਰ ਵਾਪਸ ਆ ਦੇਖ ਸਕਦੇ ਹੋ ਤੁਸੀਂ ਤੇ ਆ ਹੁਣ ਮੁੰਡੇ ਨੂੰ ਤੇਲ ਕੱਢ ਕੇ ਦੇਣਾ ਆ ਆ ਦੇਖੋ ਜੀ ਬੋਤਲ ਹੁਣ ਮੋਟਰਸਾਈਕਲ ਦਾ ਪੈਪ ਨਹੀਂ ਖੁੱਲਦਾ ਪਿਆ ਤੇਲ ਵਾਲਾ ਕਾਫੀ ਜਾਮ ਜਿਹਾ ਲੱਗਦਾ ਕਾਫੀ ਟਰਾਈ ਟਰੂਈ ਕੀਤੀ ਆ ਤੇ ਹੁਣ ਜਦੋਂ ਖੁੱਲੂਗਾ ਤੇ ਫੇਰ ਦੇਵਾਂਗੇ ਹਾਂਜੀ ਆ ਦੇਖੋ ਜੀ ਪੈਟਰੋਲ ਨਿਕਲਦਾ ਹੋਇਆ ਜੇ ਮੈਂ ਨਾ ਕਹਾਂ ਤਾਂ ਇੱਦਾਂ ਲੱਗਦਾ ਜਿੱਦਾਂ ਕੋਈ ਚੋਰੀ ਕਰਦਾ ਪਿਆ ਪੈਟਰੋਲ ਨੂੰ ਪਰ ਨਹੀਂ ਆਪਾਂ ਦੱਸ ਦੇਵਾਂਗੇ ਆ ਦੇਖੋ ਜੀ ਪੈਟਰੋਲ ਕੱਢਣ ਲੱਗਾ ਆ ਫਾਈਨਲੀ ਕਾਫੀ ਮਿਹਨਤ ਤੋਂ ਬਾਅਦ ਆ ਗਿਆ ਪੈਟਰੋਲ ਕੱਢੋ ਕੱਢੋ ਸ਼ਾਬਾ ਵਲੋਗ ਐਂਡ ਕਰੀਏ ਫੇਰ 2 ਲੀਟਰ ਕੱਢਣਾ ਹੁਣ ਆਪਾਂ ਆਹ ਬੋਤਲ ਭਰਨੀ ਕੋਕਾ ਕੋਲਾ ਦੀ ਦੇਖੀ ਘਰੇ ਜਾ ਕੇ ਪੀ ਨਾ ਜਾਈ ਚਿਕਨ ਨਾਲ ਚਲੋ ਜੀ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਬੋਤਲ ਸਾਡੀ ਵਰਲਡ ਕੱਪ ਆ ਦੇ ਹੱਥ ਮੇਰੇ ਵਰਲਡ ਕੱਪ ਆ ਗਿਆ ਆਸਟ੍ਰੇਲੀਆ ਵਾਲਿਆਂ ਨੇ ਸਾਨੂੰ ਦੇਤਾ ਤੇਲ ਦੇ ਨਾਲ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਇੱਕ ਜਣਾ ਹੋਰ ਆਇਆ ਕਹਿੰਦਾ ਸਾਡੇ ਮੇਰੇ ਵੀ ਪਾਓ ਹੁਣ ਇਹ ਚ ਵੀ 100 ਦਾ ਤੇਲ ਪਾਣੇ ਆ ਚਲੋ ਖੋਲੋ ਟੈਂਕੀ ਉਹ ਹੈਲੋ ਟਾਈਮ ਹੈ ਨੀ ਟੈਂਕੀ ਖੋਲੋ ਕੂਪੀ ਕੋਪੀ ਛੱਡ ਇੱਦਾਂ ਹੀ ਪਾ ਦੋ ਤੇ ਹਾਂਜੀ ਆਹ ਦੇਖੋ ਜੀ ਆ ਗਿਆ ਇੱਕ ਮੋਟਰਸਾਈਕਲ ਪਾਉਣ ਲੱਗਾ ਕਰਦੇ ਕਰਦੇ ਇੱਦਾਂ ਹੀ ਹਾਂ ਸ਼ਾਬਾਸ਼ ਕੂਪੀ ਮਿਲ ਗਈ ਆ ਤੇ ਆਹ ਪਾਉਂਦੇ ਪਏ ਹੁਣ ਤੇਲ ਮੁੰਡੇ ਨੇ ਜਾਣਾ ਬਰਥਡੇ ਪਾਰਟੀ ਤੇ ਐਂ ਪੱਗ ਬੰਨ ਕੇ ਤਿਆਰ ਹੋਇਆ ਮੁੰਡਾ ਅੱਜ ਭਾਜੀ ਪਾਨਣਾ ਕਹਿੰਦੇ ਉਹਨੂੰ ਜਿਹੜਾ ਵੀ ਹੈਗਾ ਬੰਨਿਆ ਤਾਂ ਹੈ ਕੱਲ੍ਹ ਤਾਂ ਟੋਪੀ ਲਈ ਉਹ ਸੀਗੀ ਫੇਰ ਕਹਿੰਦੇ ਕੱਲ੍ਹ ਯੁੱਗ ਆ ਗਿਆ ਆਹ ਦੇਖੋ ਜੀ ਤੇ ਫਾਈਨਲੀ ਆ ਦੇਖੋ ਜੀ ਤੇ ਨਿਕਲ ਚੁੱਕਾ ਤੇ ਹੁਣ ਆਪਾਂ ਚੱਲੇ ਹਾਂ ਘਰੇ ਤੇ ਮਿਲਦੇ ਹਾਂ ਫਿਰ ਤੁਹਾਨੂੰ ਅਗਲੇ ਵਲੌਗ ਵਿੱਚ ਜਲਦ ਹੀ ਮਿਲਦੇ ਹਾਂ ਫਿਰ ਬਸ ਖਤਮ ਬਾਏ ਬਾਏ ਟਾਟਾ